ਪੰਜਾਬ ਦਸਾਂ ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ। ਅੱਜ ਦੇ ਇਸ ਐਪੀਸੋਡ ਦੇ ਵਿੱਚ ਦੱਸਾਂਗੇ ਕਿ ਕਿੱਥੇ ਗਿਆ ਡਿਸਮਿਸਡ AIG ਫਾਰਮਰ SSP ਤਰਨ ਤਾਰਨ ਰਾਜਜੀਤ ਸਿੰਘ। ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰਨ 'ਚ ਪੁਲਿਸ ਨੇ ਕੋਈ ਦੇਰੀ ਕੀਤੀ ਜਾਂ ਨਹੀਂ ਕੀਤੀ, ਕੀ ਹਾਲਤ ਹੈ ਹੁਣ ਰਾਜਜੀਤ ਦੇ ਮੋਹਾਲੀ ਸਥਿਤ ਘਰ ਦੀ 69 ਸੈਕਟਰ ਦੇ ਵਿੱਚ ਅਲੀਸ਼ਾਨ ਕੋਠੀ ਦੀ। ਦੱਸਾਂਗੇ ਕਿ ਰਾਜਜੀਤ ਹੁਣ ਕਿੱਥੇ ਕਿੱਥੇ ਜਾ ਸਕਦਾ ਅਤੇ ਪੁਲਿਸ ਉਸ ਨੂੰ ਲੱਭਣ ਲਈ ਕਿੱਥੇ ਕਿੱਥੇ ਰੇਡ ਕਰ ਸਕਦੀ ਹੈ ਜਾਂ ਕਰ ਰਹੀ ਆ। ਆਖਿਰ 'ਚ ਇਹ ਵੀ ਦੱਸਾਂਗੇ ਕਿ ਭਗਵੰਤ ਮਾਨ ਦੇ ਆਦੇਸ਼ਾਂ ਦੇ ਵਿੱਚੋਂ ਕਿਹੜਾ ਆਦੇਸ਼ ਹਜੇ ਤੱਕ ਪੁਲਿਸ ਵਿਭਾਗ ਨੇ ਨਹੀਂ ਮੰਨਿਆ, ਉਹ ਆਦੇਸ਼ ਬਾਰੇ ਵੀ ਤੁਹਾਨੂੰ ਵਿਸਤਾਰ ਦੇਵਾਂਗੇ। ਆਓ ਸ਼ੁਰੂ ਕਰਦੇ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਰਜ਼ ਹੈ। SIT ਦੀਆਂ ਰਿਪੋਰਟਾਂ ਖੁੱਲ੍ਹਣ ਤੋਂ ਬਾਅਦ ਡਿਸਮਿਸ ਕੀਤਾ ਜਾ ਚੁੱਕਾ AIG ਰਾਜਜੀਤ ਸਿੰਘ ਪੰਜਾਬ ਛੱਡ ਕੇ ਜਾ ਚੁੱਕਾ। ਉਸ ਦੀ ਆਖਰੀ ਲੋਕੇਸ਼ਨ ਦਿੱਲੀ ਦੇ ਵਿੱਚ ਰਿਕਾਰਡ ਕੀਤੀ ਗਈ, ਪਰ ਉਸ ਤੋਂ ਬਾਅਦ ਉਸਦਾ ਫੋਨ ਲਗਾਤਾਰ ਬੰਦ ਆ ਰਿਹਾ। ਹੋ ਸਕਦਾ ਪੁਲਿਸ ਨੂੰ ਸ਼ੱਕ ਹੈ ਕਿ ਉਸਨੇ ਆਪਣਾ ਸਿਮ ਬਦਲ ਲਿਆ ਹੋਵੇ ਜਾਂ ਫੋਨ ਡਿਸਟਰੋਏ ਕਰਤਾ ਹੋਵੇ। ਉਸ ਦਾ ਪਰਿਵਾਰ ਜਿਸਦੇ ਵਿੱਚ ਇੱਕ ਬੇਟੀ ਜਿਹੜੀ ਕਿ ਦੰਦਾਂ ਦੀ ਡਾਕਟਰ ਹੈ ਅਤੇ ਜਲੰਧਰ ਵਿਆਹੀ ਹੋਈ ਆ, ਇੱਕ ਬੇਟਾ ਜਿਹੜਾ ਕਿ MBBS ਦੇ ਫਾਈਨਲ ਈਅਰ ਦੇ ਵਿੱਚ ਪੜ੍ਹਾਈ ਕਰ ਰਿਹਾ ਚੰਡੀਗੜ੍ਹ ਦੇ ਮੈਡੀਕਲ ਕਾਲਜ ਦੇ ਵਿੱਚ, ਅਤੇ ਉਸਦੀ ਘਰਵਾਲੀ ਉਹ ਉਸਦੇ ਨਾਲ ਸ਼ਾਮਿਲ ਨਹੀਂ, ਯਾਨੀ ਕਿ ਉਹਦੇ ਨਾਲ ਨਹੀਂ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਖ਼ਤ ਫੈਸਲਾ ਲੈਂਦੇ ਹੋਏ 17 ਅਪ੍ਰੈਲ ਨੂੰ ਜਨਤਕ ਐਲਾਨ ਕੀਤਾ ਸੀ ਕਿ ਚਿੱਟੇ ਦਾ ਵਪਾਰੀ ਰਾਜਜੀਤ ਸਿੰਘ, ਜਿਸ ਨੂੰ SIT ਦੀਆਂ ਰਿਪੋਰਟਾਂ ਦੇ ਵਿੱਚ ਦੋਸ਼ੀ ਘੋਸ਼ਿਤ ਕੀਤਾ ਗਿਆ, ਉਸ ਨੂੰ ਬਰਖਾਸਤ ਕਰਤਾ, ਡਿਸਮਿਸਡ ਫਰੋਮ ਸਰਵਿਸ। 17 ਅਪ੍ਰੈਲ ਨੂੰ ਉਹ ਸਵੇਰੇ ਆਪਣੇ ਦਫ਼ਤਰ ਦੇ ਵਿੱਚ ਆਇਆ, ਪਰ ਜਦੋਂ ਚੈਨਲਾਂ 'ਤੇ, TV 'ਤੇ, ਰੇਡੀਓ 'ਤੇ ਭਗਵੰਤ ਮਾਨ ਦਾ ਬਿਆਨ ਚੱਲਿਆ, ਨਸ਼ਰ ਹੋਇਆ, ਅਤੇ ਉਹ ਫਿਰ ਆਪਣੇ ਦਫ਼ਤਰ ਤੋਂ ਗਾਇਬ ਹੋ ਗਿਆ ਅਤੇ ਉਸ ਤੋਂ ਬਾਅਦ ਹੁਣ ਤੱਕ ਲੱਭ ਨਹੀਂ ਰਿਹਾ। ਇਹ ਆਦੇਸ਼ ਮੁੱਖ ਮੰਤਰੀ ਦਾ 17 ਨੂੰ ਜਾਰੀ ਹੋਣਾ ਸੀ, ਹੋਇਆ, ਪਰ ਪਹੁੰਚਿਆ 18 ਤਰੀਕ ਨੂੰ ਪੁਲਿਸ ਵਿਭਾਗ ਦੇ ਕੋਲ। ਪੁਲਿਸ ਵਿਭਾਗ ਨੇ ਉਸ 'ਤੇ ਕਾਗਜ਼ੀ ਕਾਰਵਾਈ ਕਰਦੇ ਹੋਏ ਉਸ ਨੂੰ FIR ਨੰਬਰ 1 ਡੇਟਡ 12/6/2017 ਦੇ ਵਿੱਚ ਨਾਮਜ਼ਦ ਕਰਤਾ, ਯਾਨੀ ਕਿ ਨੋਮੀਨੇਟ ਕਰਤਾ। ਇਹ ਜਿਹੜਾ ਪਰਚਾ, ਇਹ ਬੇਸਿਕਲੀ ਇੰਦਰਜੀਤ ਸਿੰਘ ਇੰਸਪੈਕਟਰ ਸਬਸਟੈਂਟੇਟਿਵ ਰੈਂਕ ਹਵਲਦਾਰ ਉਹਦੇ ਵਿਰੁੱਧ ਦਰਜ ਹੋਇਆ ਸੀ। ਹਰਪ੍ਰੀਤ ਸਿੱਧੂ ADGP STF ਨੇ ਦਰਜ ਕੀਤਾ ਸੀ ਅਤੇ ਇਸ ਮੁਕੱਦਮੇ ਦੇ ਵਿੱਚ ਕਰੀਬ 5 ਸਾਲ ਦੇ ਬਾਅਦ ਰਾਜਜੀਤ ਸਿੰਘ ਨੂੰ ਨੋਮੀਨੇਟ ਕਰਤਾ ਗਿਆ SIT ਦੇ ਸੁਝਾਅ ਦੇ ਮੁਤਾਬਕ, ਮੁੱਖ ਮੰਤਰੀ ਦੇ ਆਦੇਸ਼ 'ਤੇ। ਇਹ ਉਸ 'ਤੇ ਲਾਈ ਗਈ ਹੈ ਧਾਰਾ 120B, ਯਾਨੀ ਕਿ ਸ਼ੜਯੰਤਰ ਰਚ ਕੇ ਉਹਨਾਂ ਨੇ ਚਿੱਟਾ ਵੇਚਿਆ ਇੰਦਰਜੀਤ ਅਤੇ ਉਹਨੇ। ਇਹ ਕਾਗਜ਼ੀ ਕਾਰਵਾਈ ਮੁਕੰਮਲ ਹੋਈ 19 ਤਰੀਕ ਨੂੰ। 19 ਤਰੀਕ ਤੋਂ ਬਾਅਦ ਸ਼ਾਮ ਨੂੰ LOC ਜਾਰੀ ਹੋਇਆ, ਜਿਸ ਨੂੰ ਕਹਿੰਦੇ ਹੈ ਜੀ ਲੁੱਕ ਆਊਟ ਸਰਕੂਲਰ। ਇਸ LOC ਦੇ ਜਾਰੀ ਹੋਣ ਨਾਲ ਦੇਸ਼ ਦੇ ਸਾਰੇ ਏਅਰਪੋਰਟਸ ਨੂੰ ਅਲਰਟ ਕਰ ਦਿੱਤਾ ਗਿਆ ਕਿ ਇਸ ਪਾਸਪੋਰਟ ਵਾਲਾ ਨੰਬਰ ਵਾਲਾ ਵਿਅਕਤੀ ਜਹਾਜ਼ ਫੜ ਕੇ ਵਿਦੇਸ਼ ਨਾ ਜਾ ਸਕੇ, ਰੋਕਿਆ ਜਾਏ। ਫਿਰ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਲੱਭਿਆ ਜਾਏ। ਮੁੱਖ ਮੰਤਰੀ ਦੇ ਜਨਤਕ ਐਲਾਨ ਤੋਂ ਬਾਅਦ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਸ ਦੇ ਵਿੱਚ ਥੋੜ੍ਹਾ ਜਿਹਾ ਵਿਲੰਬ ਹੋਇਆ, ਡਿਲੇ ਹੋਈ। ਡਿਲੇ ਇਸ ਕਰਕੇ ਹੋਈ ਕਿਉਂਕਿ 17 ਨੂੰ ਹੁਕਮ ਜਾਰੀ ਹੋਇਆ, 18 ਨੂੰ ਵਿਭਾਗ ਕੋਲ ਪਹੁੰਚਿਆ ਅਤੇ 19 ਨੂੰ
ਫਿਰ ਇਸ 'ਤੇ LOC ਨੋਟਿਸ ਜਾਰੀ ਹੋਇਆ ਅਤੇ ਇਹ 'ਤੇ ਅਗਲੀ ਕਾਰਵਾਈ ਹੋਈ। ਇਸੇ ਦੌਰਾਨ ਇਹ ਸ਼ਖਸ ਰਾਜਜੀਤ ਸਿੰਘ ਪੰਜਾਬ ਦਾ ਗੁਨਾਹਗਾਰ AIG ਆਪਣਾ ਘਰ ਛੱਡ ਕੇ ਜਾ ਚੁੱਕਾ ਸੀ। ਉਹ ਰਾਤ ਦੇ 12 ਵਜੇ ਜਾਂ 1 ਵਜੇ ਦੇ ਕਰੀਬ 17 ਅਤੇ 18 ਅਪ੍ਰੈਲ ਦੀ ਵਿਚਲੀ ਰਾਤ ਘਰੋਂ ਚਲਿਆ ਗਿਆ ਅਤੇ ਉਸ ਤੋਂ ਬਾਅਦ ਕਿੱਥੇ ਹੈ ਕਿੱਥੇ ਨਹੀਂ ਪਰਿਵਾਰ ਨੂੰ ਪਤਾ ਨਹੀਂ ਅਤੇ ਨਾ ਹੀ ਪੁਲਿਸ ਨੂੰ ਲੱਭ ਰਿਹਾ। ਇਹ ਦੱਸਣਾ ਜ਼ਰੂਰੀ ਹੈ ਕਿ ਦੇਖਣ ਨੂੰ ਪੁਲਿਸ ਨੇ ਡਿਲੇ ਕੀਤੀ ਪਰ ਡਿਲੇ ਕਾਗਜ਼ੀ ਕਾਰਵਾਈ ਕਰਕੇ ਹੋਣੀ ਸੁਭਾਵਿਕ ਸੀ, ਨੈਚੁਰਲ ਸੀ, ਕਿਉਂਕਿ ਜੇ ਉਸ ਨੂੰ ਇਹਨਾਂ ਆਦੇਸ਼ਾਂ ਦੇ ਕਾਗਜ਼ਾਂ 'ਤੇ ਯਾਨੀ ਕਿ ਲਿਖਤੀ ਰੂਪ ਦੇ ਵਿੱਚ ਦਰਜ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਹ ਇਲੀਗਲ ਹੋਣਾ ਸੀ, ਗੈਰ ਕਾਨੂੰਨੀ ਹੋਣਾ ਸੀ। ਖੈਰ ਕਈ ਪਰਚਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜੇ ਚਾਹੇ ਪੁਲਿਸ ਕਰ ਲੈਂਦੀ ਹੈ ਥੋੜ੍ਹਾ ਬਹੁਤ ਹੇਠ ਤਾਂ, ਪਰ ਇੱਥੇ ਉਹਨਾਂ ਨੇ ਪੂਰਾ ਜਿਹੜਾ ਲੀਗਲ ਟੈਕਨੀਕਲ ਰੂਲਸ ਨੇ ਉਹ ਫੋਲੋ ਕੀਤੇ। ਉਸਦੇ ਘਰ ਜਾ ਕੇ ਜਾਂਚ ਪੜਤਾਲ ਕੀਤੀ ਗਈ। ਸੈਕਟਰ 69 ਮੋਹਾਲੀ ਦੇ ਵਿੱਚ ਘਰ ਤਾਲਾ ਲੱਗਿਆ ਹੋਇਆ, ਕੋਈ ਸਿਕਿਉਰਿਟੀ ਮੈਨ ਨਹੀਂ, ਉਹਦੇ ਪਰਿਵਾਰ ਦਾ ਕੋਈ ਮੈਂਬਰ, ਉਸਦੀ ਬੇਟੀ ਜਾਂ ਬੇਟਾ ਜਾਂ ਵਾਈਫ ਕੋਈ ਵੀ ਮੌਜੂਦ ਨਹੀਂ। ਡਿਸਮਿਸਲ ਦੇ ਆਦੇਸ਼ ਤੋਂ ਬਾਅਦ ਘਰ ਸੁਣਨਾ ਅਤੇ ਬਾਹਰ ਪਾਰਕ ਦੇ ਵਿੱਚ ਯਾਨੀ ਕਿ ਜਿਹੜਾ ਅੱਗੇ ਵਰਾਂਡਾ ਹੁੰਦਾ ਜਾਂ ਜਿਹੜਾ ਅੱਗੇ ਬਾਗਬਾਨੀ ਥੋੜ੍ਹੀ ਬਹੁਤ ਹੁੰਦੀ ਆ ਉਹਦੇ ਵਿੱਚ ਵੀ ਸਫਾਈ ਨਜ਼ਰ ਹੋਈ ਨਹੀਂ ਸੀ ਆਉਂਦੀ। ਉਸਦੇ ਜਿਹੜੇ ਗਨਮੈਨ ਸੀ ਉਹ ਆਪਣੇ ਆਪਣੇ ਯੂਨਿਟਸ ਦੇ ਵਿੱਚ ਵਾਪਸ ਜਾ ਚੁੱਕੇ ਆ। ਜ਼ਿਆਦਾ ਗਨਮੈਨ ਉਹ ਤਰਨ ਤਾਰਨ ਤੋਂ ਹੀ ਨਾਲ ਲੈ ਕੇ ਆਇਆ ਸੀ। ਭਾਵੇਂ ਤਰਨ ਤਾਰਨ ਤੋਂ ਬਾਅਦ ਉਹ ਹੁਸ਼ਿਆਰਪੁਰ ਟ੍ਰਾਂਸਫਰ ਹੋਇਆ, ਫਿਰ ਮੋਗੇ ਆਇਆ, ਪਰ ਗਨਮੈਨ ਉਹਦੇ ਤਰਨ ਤਾਰਨ ਸਾਈਡ ਦੇ ਹੀ ਸੀ। ਔਰ ਤਰਨ ਤਾਰਨ ਉਹ ਇਲਾਕਾ ਜਿੱਥੇ ਬਾਰਡਰ ਦੇ ਨਾਲ ਨਾਲ ਚਿੱਟੇ ਦਾ ਵਪਾਰ ਜਾਂ ਚਿੱਟੇ ਦੀ ਤਸਕਰੀ ਸਭ ਤੋਂ ਜ਼ਿਆਦਾ ਹੁੰਦੀ ਹੈ। ਸੂਤਰਾਂ ਨੇ ਸਾਨੂੰ ਦੱਸਿਆ ਕਿ ਰਾਜਜੀਤ ਦੇ ਪਿੱਛੇ ਪੁਲਿਸ ਦੀਆਂ 4 ਟੀਮਾਂ ਲੱਗੀਆਂ ਹੋਈਆਂ ਨੇ। ਇਹਨਾਂ ਟੀਮਾਂ ਨੇ ਹਰਿਆਣਾ ਅਤੇ ਦਿੱਲੀ ਦੇ ਉਸਦੇ ਸ਼ੱਕੀ ਟਿਕਾਣਿਆਂ 'ਤੇ ਰੇਡ ਵੀ ਕੀਤਾ ਪਰ ਮਿਲਿਆ ਨਹੀਂ। ਉਸਦੇ ਜ਼ਿਆਦਾ ਚਾਂਸ ਦਿੱਲੀ ਜਾਂ ਦਿੱਲੀ ਦੇ ਆਸ ਪਾਸ ਕਿਸੇ ਸੇਫ ਹਾਊਸ ਹੋਣ ਦੇ ਦੱਸੇ ਜਾ ਰਹੇ ਨੇ। ਬੰਦਾ ਤਾਂ ਕਹਿੰਦੇ ਜੀ ਮੋਹਾਲੀ ਨਹੀਂ ਲੱਭਦਾ ਫਲੈਟਾਂ 'ਚ, ਅਤੇ ਦਿੱਲੀ ਦੇ ਫਲੈਟ ਐਡੇ ਵੱਡੇ ਅਤੇ ਐਡੀ ਵੱਡੀ ਦਿੱਲੀ, ਅਤੇ ਉੱਥੇ ਫਿਰ ਰਾਜਜੀਤ ਨੇ ਕਿੱਥੇ ਲੱਭਣਾ, ਸੌਖਾ ਕੰਮ ਨਹੀਂ ਜਦੋਂ ਤੱਕ ਕੋਈ ਉਹਦੀ ਸੂਹ ਨਹੀਂ ਦਿੰਦਾ। ਸੂਤਰ ਦੱਸਦੇ ਨੇ ਕਿ ਪੁਲਿਸ ਜਲਦ ਭਾਰਤ ਦੀਆਂ ਬਾਕੀ ਸਿਕਿਉਰਿਟੀ ਏਜੰਸੀਸ ਨੂੰ ਲਿਖੇਗੀ ਅਤੇ ਉਹਨਾਂ ਦਾ ਸਹਿਯੋਗ ਲੈ ਕੇ ਰਾਜਜੀਤ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗੀ। ਦੱਸਿਆ ਜਾ ਰਿਹਾ ਕਿ ਰਾਜਜੀਤ ਕੋਲ ਸਿਰਫ 2 ਰਾਹ ਨੇ ਦੇਸ਼ ਛੱਡ ਕੇ ਭੱਜਣ ਦੇ, ਇੱਕ ਹੈ ਨੇਪਾਲ, ਦੂਜਾ ਹੈ ਬੰਗਲਾਦੇਸ਼, ਜਿੱਥੇ ਕਿ ਬਾਰਡਰ 'ਤੇ ਜ਼ਿਆਦਾ ਨਜ਼ਰ ਨਹੀਂ ਰੱਖੀ ਜਾਂਦੀ ਅਤੇ ਉੱਥੇ ਪੰਜਾਬ ਦੇ ਬਾਰਡਰ ਵਾਂਗੂ ਜਿਵੇਂ ਪਾਕਿਸਤਾਨ ਨਾਲ ਕੰਡਿਆਲੀ ਤਾਰ ਲੱਗੀ ਹੋਈ ਹੈ, ਤਾਰ ਨਹੀਂ ਲੱਗੀ ਹੋਈ। ਸੋ ਇਹ 2 ਰਾਹ ਸਾਨੂੰ ਦੱਸਿਆ ਗਿਆ ਕਿ ਇਹਨਾਂ ਰਾਹੀਂ ਜੇ ਰਾਜਜੀਤ ਕੋਸ਼ਿਸ਼ ਕਰੇ ਭੱਜਣ ਦੀ ਭਾਰਤ ਛੱਡ ਕੇ ਤਾਂ ਉਹ ਕਰ ਸਕਦਾ। ਹੁਣ ਅੱਗੇ ਆਉਂਦੇ ਹਾਂ। ਘੋਖਣ ਤੋਂ ਬਾਅਦ ਪਤਾ ਲੱਗਾ ਕਿ NDPS ਐਕਟ ਤਹਿਤ ਰਾਜਜੀਤ 'ਤੇ ਇਕੱਲੀ 120B ਧਾਰਾ ਕੰਸਪਰੇਸੀ ਦੀ ਹੀ ਨਹੀਂ ਲੱਗੀ, ਉਸ ਦੇ ਨਾਲ ਧਾਰਾਵਾਂ ਲੱਗੀਆਂ ਨੇ ਸੈਕਸ਼ਨ 29 ਅਤੇ ਸੈਕਸ਼ਨ 59। ਇਹਨਾਂ ਸੈਕਸ਼ਨਸ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ। ਇਹਨਾਂ ਦਾ ਅਰਥ ਹੈ ਕਿ ਜਿਹੜਾ ਵਿਅਕਤੀ ਪਹਿਲਾਂ ਗ੍ਰਿਫਤਾਰ ਹੋ ਚੁੱਕਿਆ ਜਿਵੇਂ ਇੰਦਰਜੀਤ, ਅਤੇ ਉਹਦੇ ਨਾਲ ਜੇ ਕੋਈ ਵਿਅਕਤੀ ਸ਼ੜਯੰਤਰ ਕਰਕੇ ਸ਼ਾਮਿਲ ਕੀਤਾ ਜਾਂਦਾ ਕੰਸਪਰੇਸੀ 'ਚ ਤਾਂ ਉਹ 'ਤੇ ਵੀ ਉਹੀ ਕਾਨੂੰਨ ਲੱਗੇਗਾ, ਉਹੀ ਸਜ਼ਾ ਦਾ ਹੱਕਦਾਰ ਹੋਏਗਾ ਜੋ ਕਿ ਪਹਿਲੇ ਦੋਸ਼ੀ ਜਿਹੜਾ ਹੈਗਾ ਮੇਨ ਐਕਿਊਜ਼ਡ। ਕਿਹਾ ਇਹ ਜਾਂਦਾ ਸੀ ਜੀ ਉਹ ਤੋਂ ਕੁਝ ਬਰਾਮਦ ਨਹੀਂ ਹੋਇਆ, ਰਾਜਜੀਤ ਤੋਂ ਕਿਹੜਾ ਚਿੱਟਾ ਫੜਿਆ ਗਿਆ, ਫੜਿਆ ਚਿੱਟਾ ਗਿਆ ਇੰਦਰਜੀਤ ਤੋਂ। ਹੁਣ ਜਿਹੜੀ ਧਾਰਾ 120B ਲੱਗ ਗਈ ਅਤੇ ਨਾਲ ਲੱਗ ਗਈ ਧਾਰਾ 29 ਅਤੇ 59, ਉਹਦਾ ਜਿਹੜਾ ਅਰਥ ਹੈ ਉਹ ਇਹ ਆ ਭਾਵੇਂ ਫੜਿਆ ਚਿੱਟਾ ਇੰਦਰਜੀਤ ਤੋਂ ਗਿਆ ਉਹ ਸਮਝਿਆ ਹੀ ਜਾਏਗਾ ਕਿਉਂਕਿ ਉਹ ਰਾਜਜੀਤ ਤੋਂ ਵੀ ਫੜਿਆ ਗਿਆ। ਉਹ ਜਿਹੜੀ ਬਰਾਮਦਗੀ ਆ
ਉਹਦਾ ਜਿਹੜਾ ਇਫੈਕਟ ਆ ਉਹ ਰਾਜੀ 'ਤੇ ਵੀ ਪਏਗਾ। ਸੋ ਇਹਨਾਂ ਦੇ ਵਿੱਚ ਕੈਦ ਦੋਹਾਂ ਨੂੰ ਬਰਾਬਰ ਦੀ ਹੋ ਸਕਦੀ ਆ। ਇਹ ਨਹੀਂ ਹੈ ਕਿ ਉਹ ਤੋਂ ਚਿੱਟਾ ਫੜਿਆ ਗਿਆ, ਇਹ ਤੋਂ ਫੜਿਆ ਬਰਾਮਦ ਨਹੀਂ ਹੋਇਆ, ਇਹਨੂੰ ਘੱਟ ਕਰ ਦਿਓ, ਉਹਨੂੰ ਵੱਧ ਕਰ ਦਿਓ, ਇਹੋ ਜਿਹੀ ਗੱਲ ਕਾਨੂੰਨ ਦੇ ਮੁਤਾਬਕ ਨਹੀਂ ਕੀਤੀ ਜਾ ਸਕਦੀ। ਇਹ ਸੀ ਕਾਨੂੰਨੀ ਨੁਕਤਾ। ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਾਨੂੰਨੀ ਐਂਗਲ ਤੋਂ ਕਿ ਜਦੋਂ ਰਾਜਜੀਤ ਫੜ ਹੋ ਜਾਂਦਾ ਤਾਂ ਉਹਦੇ ਵਿਰੁੱਧ ਐਵੀਡੈਂਸ ਪ੍ਰੋਸੀਕਿਊਸ਼ਨ ਯਾਨੀ ਕਿ ਪੁਲਿਸ ਅਦਾਲਤ ਅੱਗੇ ਪੇਸ਼ ਕਰੇਗੀ ਜੇ ਅਦਾਲਤ ਚਾਹੇ। ਅਤੇ ਜਿਹੜੀਆਂ ਗਵਾਹੀਆਂ ਹੁਣ ਤੱਕ ਹੋ ਚੁੱਕੀਆਂ 2017 ਤੋਂ ਲੈ ਕੇ ਹੁਣ ਤੱਕ ਇੰਦਰਜੀਤ ਦੇ ਖਿਲਾਫ, ਉਹਨਾਂ ਨੂੰ ਦੁਬਾਰਾ ਬੁਲਾ ਕੇ ਉਹਨਾਂ ਦੀ ਗਵਾਹੀ ਅਤੇ ਕ੍ਰੋਸ ਐਗਜ਼ਾਮੀਨੇਸ਼ਨ ਕੀਤਾ ਜਾ ਸਕਦਾ। ਪਰ ਜਦੋਂ ਤੱਕ ਇਹ ਫੜਿਆ ਨਹੀਂ ਜਾਂਦਾ ਰਾਜਜੀਤ ਸਿੰਘ, ਇਹਦਾ ਇਹ ਮਤਲਬ ਨਹੀਂ ਕਿ ਅਦਾਲਤ ਕੇਸ ਨੂੰ ਅੱਗੇ ਵਧਾਉਣਾ ਰੋਕ ਦੇਗੀ। ਕੇਸ ਚੱਲਦਾ ਰਹੇਗਾ ਬਾਦਸਤੂਰ, ਅਤੇ ਜਦੋਂ ਰਾਜਜੀਤ ਫੜਿਆ ਗਿਆ ਤਾਂ ਫਿਰ ਉਹਦੇ ਬਾਰੇ ਕਾਰਵਾਈ ਵੱਖਰੀ ਕੀਤੀ ਜਾਏਗੀ। ਨਾਲੇ ਵੀ ਦੱਸ ਦਈਏ ਕਿ ਜੇ ਰਾਜਜੀਤ ਨਹੀਂ ਫੜਿਆ ਜਾਂਦਾ ਕੁਛ ਮਹੀਨੇ, ਫੋਰ ਐਗਜ਼ਾਮਪਲ ਮਹੀਨਾ, ਡੇਢ ਮਹੀਨਾ ਜਾਂ 2 ਮਹੀਨੇ, ਤਾਂ ਫਿਰ ਪੁਲਿਸ ਕੋਲ ਇਹ ਹੱਕ ਹੈਗਾ ਕਿ ਉਹ ਪ੍ਰੋਸੀਕਿਊਸ਼ਨ ਯਾਨੀ ਕਿ ਪੁਲਿਸ ਅਦਾਲਤ ਦੇ ਰਾਹੀਂ ਉਸ ਨੂੰ ਪ੍ਰੋਕਲੇਮਡ ਅਫੈਂਡਰ ਭਗੌੜਾ ਘੋਸ਼ਿਤ ਕਰਾ ਦੇ। ਪੀਓ ਜਦੋਂ ਡਿਕਲੇਅਰ ਹੋ ਜਾਂਦਾ ਬੰਦਾ ਤਾਂ ਫਿਰ ਉਹਨੂੰ ਜਿਹੜੀਆਂ ਪ੍ਰੋਪਰਟੀਆਂ ਉਹ ਅਟੈਚ ਹੋ ਜਾਂਦੀਆਂ ਕੇਸ ਨਾਲ। ਅਤੇ ਫਿਰ ਇੱਕ ਸਟੇਜ ਇਹੋ ਜਿਹੀ ਵੀ ਆ ਜਾਂਦੀ ਆ ਜਦੋਂ ਇੱਕ ਵੱਖਰੀ ਕਾਰਵਾਈ ਕਰਦੇ ਹੋਏ ਜਿਹੜੇ ਪੀਓਜ਼ ਆ ਉਹਨਾਂ ਦੀਆਂ ਪ੍ਰੋਪਰਟੀਆਂ ਦੀ ਕੁਰਕੀ ਹੋ ਸਕਦੀ ਆ, ਨਿਲਾਮ ਹੋ ਸਕਦੀ ਆ। ਸੋ ਇਹ ਇੱਕ ਪ੍ਰੋਸੈਸ ਆ ਜਿਹੜਾ ਕਿ ਰਾਜਜੀਤ ਨੂੰ ਫੇਸ ਕਰਨਾ ਪੈ ਸਕਦਾ ਜੇ ਉਹ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਦਾ। ਅੱਗੇ ਆਉਂਦੇ ਹੁਣ ਆਉਂਦੇ ਹਾਂ ਇਸ ਗੱਲ 'ਤੇ ਕਿ ਪੰਜਾਬ ਪੁਲਿਸ ਵਿਭਾਗ ਜੋ ਆਪ ਖਬਰ ਛਪਾਉਣਾ ਲਗਵਾਉਣਾ ਚਾਹੇ ਤਾਂ ਉਹ ਦੱਸਦੇ ਆ, ਬੁਲਾਉਂਦੇ ਆ, ਦੱਸਦੇ ਆ, ਟੈਲੀਫੋਨ ਵੀ ਕਰਦੇ ਆ। ਅਤੇ ਜੇ ਫਿਰ ਕਿਸੇ ਪੱਤਰਕਾਰ ਨੇ ਕੁਛ ਪੁੱਛਣਾ ਹੋਵੇ, ਉਹਦੇ ਕੋਲ ਕੋਈ ਵਿਸ਼ੇਸ਼ ਐਕਸਕਲੂਸਿਵ ਜਾਣਕਾਰੀ ਹੋਵੇ ਤਾਂ ਫਿਰ ਉਹ ਕਈ ਵਾਰੀ ਕੰਨੀ ਵਸ ਜਾਂਦੇ ਆ। ਅੱਜ ਪੰਜਾਬ ਦਸਤਾਵੇਜ਼ ਵੱਲੋਂ ਅਸੀਂ ਆਈ ਜੀ ਸੁਖਚੈਨ ਸਿੰਘ ਗਿੱਲ ਸਾਹਿਬ ਨੂੰ 3 ਸਵਾਲ ਭੇਜੇ। ਅਸੀਂ ਉਹਨਾਂ ਨੂੰ ਇਸੇ ਸੰਬੰਧ ਦੇ ਵਿੱਚ, ਡਰੱਗ ਦੇ ਮਾਮਲੇ ਦੇ ਵਿੱਚ, ਰਾਜਜੀਤ ਦੇ ਸੰਬੰਧ ਦੇ ਵਿੱਚ ਵਟਸਐਪ ਮੈਸੇਜ ਰਾਹੀਂ ਕੋਈ 5:15 ਸਵਾਲ ਭੇਜੇ। ਸਵਾਲ ਦੱਸ ਦਿੰਦੇ ਹਾਂ, ਕਿਹਾ ਗਿੱਲ ਸਾਹਿਬ ਕਿਰਪਾ ਕਰਕੇ ਅਧਿਕਾਰਤ ਤੌਰ 'ਤੇ ਯਾਨੀ ਕਿ ਆਫਿਸ਼ਲੀ ਤੁਸੀਂ ਸਾਨੂੰ ਦੱਸੋ ਕਿ ਰਾਜਜੀਤ ਦੇ ਵੇਅਰਅਬਾਊਟਸ ਕਿੱਥੇ ਨੇ, ਉਹ ਇਸ ਵਕਤ ਕਿੱਥੇ ਹੈ, ਤੁਹਾਡੇ ਤੋਂ ਅਸੀਂ ਜਾਣਨਾ ਚਾਹੁੰਦੇ ਹਾਂ। ਸਵਾਲ ਦੂਜਾ, ਕੁਐਸਚਨ ਨੰਬਰ 2, ਰਾਜਜੀਤ ਨੂੰ ਲੱਭਣ ਲਈ ਪੰਜਾਬ ਪੁਲਿਸ ਨੇ ਕਿੰਨੀਆਂ ਟੀਮਾਂ ਬਣਾਈਆਂ ਅਤੇ ਕਿੱਥੇ ਕਿੱਥੇ ਛਾਪੇਮਾਰੀ ਕੀਤੀ, ਕਿਹੜੇ ਕਿਹੜੇ ਸੂਬੇ 'ਚ ਕੀਤੀ, ਪੰਜਾਬ 'ਚ ਕੀਤੀ, ਪੰਜਾਬ ਤੋਂ ਬਾਹਰ ਕੀਤੀ। ਤੀਜਾ ਪੁਆਇੰਟ ਸੀਗਾ ਕਿ ਸਾਨੂੰ ਦੱਸਿਆ ਜਾਵੇ ਕਿਰਪਾ ਕਰਕੇ ਪਲੀਜ਼ ਕਿ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹ ਜਿਹੜੀਆਂ ਫਾਈਲਾਂ ਉਸਨੇ ਅਗਲੇ ਦਿਨ 4 ਵਜੇ ਮੰਗਵਾਈਆਂ ਸੀ ਉਹ ਤੁਸੀਂ ਦੇਤੀਆਂ ਕਿ ਨਹੀਂ ਦਿੱਤੀਆਂ। ਕਿਸੇ ਸਵਾਲ ਦਾ ਜਵਾਬ 10:30 ਵਜੇ ਤੱਕ ਨਹੀਂ ਆਇਆ। ਫਿਰ ਅਸੀਂ ਸੋਚਿਆ ਇਹ ਖਬਰ ਚਲਾਉਣੀ ਚਾਹੀਦੀ ਹੈ ਕਿਉਂਕਿ ਸਾਡੀ ਜਿਹੜੀ ਜਾਣਕਾਰੀ ਸੀ ਉਹ ਵੀ ਕਾਫੀ ਪੁਖਤਾ ਹੈ ਅਤੇ ਚਾਹੁੰਦੇ ਅਸੀਂ ਇਹੀ ਸੀ ਕਿ ਪੁਲਿਸ ਵਿਭਾਗ ਆਪਣੇ ਪੱਧਰ 'ਤੇ ਸਾਨੂੰ ਇਹੋ ਜਿਹਾ ਕੁਝ ਜਾਣਕਾਰੀ ਦੇ ਤਾਂ ਅਸੀਂ ਫਿਰ ਇਹ ਸਾਰੀ ਜਾਣਕਾਰੀ ਦਾ ਕ੍ਰੈਡਿਟ ਪੰਜਾਬ ਪੁਲਿਸ ਨੂੰ ਦੇ ਸਕਦੇ ਸੀ। ਪਰ ਜੋ ਕੁਛ ਸਾਨੂੰ ਪਤਾ ਲੱਗਿਆ ਉਹ ਸੂਤਰਾਂ ਤੋਂ ਪਤਾ ਲੱਗਿਆ, ਬਿਲਕੁਲ ਸਹੀ ਪਤਾ ਲੱਗਿਆ। ਮੋਟੀਆਂ ਗੱਲਾਂ ਇਹ ਨੇ ਕਿ ਰਾਜਜੀਤ ਸਿੰਘ ਪੰਜਾਬ ਛੱਡ ਕੇ ਜਾ ਚੁੱਕਾ ਹੈ, ਉਹਦੀ ਲੋਕੇਸ਼ਨ ਹਰਿਆਣੇ ਅਤੇ ਦਿੱਲੀ ਵਿੱਚ ਹੋ ਸਕਦੀ ਹੈ, ਉਹਦੇ ਮੋਬਾਈਲ ਫੋਨ ਰਾਹੀਂ ਲੋਕੇਸ਼ਨ ਪੰਜਾਬ ਪੁਲਿਸ ਨੂੰ ਦਿੱਲੀ ਦੇ ਆਸ ਪਾਸ ਦੀ ਮਿਲੀ ਸੀਗੀ ਅਤੇ ਉਸ ਤੋਂ ਬਾਅਦ ਫੋਨ ਬੰਦ ਆ। ਅਗਲੀ ਵੀ ਗੱਲ ਇਹ ਵੀ ਦੱਸੀ ਹੈ ਉਹਦਾ ਪਰਿਵਾਰ ਉਹਦੇ ਨਾਲ ਨਹੀਂ, ਘਰ ਦੇ ਉਹਦੇ ਵਿੱਚ ਤਾਲਾ ਲੱਗਿਆ ਹੋਇਆ। ਸੋ ਇਹ ਮੋਟੀਆਂ ਗੱਲਾਂ ਬਿਲਕੁਲ ਸਾਫ਼ ਨੇ ਔਰ ਬਿਲਕੁਲ ਸਹੀ ਨੇ। ਪੰਜਾਬ ਸਰਕਾਰ ਦੇ ਵੱਡੇ ਸੂਤਰਾਂ ਨੇ ਸਾਨੂੰ ਇਹ ਦੱਸਿਆ ਕਿ ਭਗਵੰਤ ਮਾਨ ਦਾ ਆਦੇਸ਼ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਸੰਬੰਧਿਤ ਫਾਈਲਾਂ
ਸਾਨੂੰ ਭੇਜਤੀਆਂ ਜਾਣ ਸੀਐਮਓ ਨੂੰ 4 ਵਜੇ ਤੱਕ, ਉਹ ਅੱਜ ਰਾਤ ਤੱਕ ਉਹਨਾਂ ਕੋਲ ਨਹੀਂ ਪਹੁੰਚੀਆਂ। ਅੱਜ ਸ਼ਨੀਵਾਰ ਹੈ, ਦਫ਼ਤਰ ਬੰਦ ਹੈ, ਇਹਦਾ ਮਤਲਬ ਇਹ ਆ ਕਿ ਫਰਾਈਡੇ ਈਵਨਿੰਗ ਤੱਕ ਇਹ ਫਾਈਲਾਂ ਪੁਲਿਸ ਵਿਭਾਗ ਨੇ ਮੁੱਖ ਮੰਤਰੀ ਤੱਕ ਨਹੀਂ ਪਹੁੰਚਾਈਆਂ। ਸਾਨੂੰ ਇਹ ਵੀ ਦੱਸਿਆ ਗਿਆ ਕਿ ਮਾਨ ਸਾਹਿਬ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ, ਪਰ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਲਿਆ ਦਿੱਤੀ ਗਈ ਹੈ, ਕਿਉਂਕਿ ਉਹਨਾਂ ਨੇ ਸਾਨੂੰ ਪੁੱਛਿਆ ਸੀ ਕਿ ਮੇਰੇ ਆਦੇਸ਼ਾਂ ਦੀ ਕਿੰਨੀ ਕੁ ਪਾਲਣਾ ਹੋ ਗਈ ਅਤੇ ਕਿੰਨੀ ਕੁ ਬਾਕੀ ਹੈ। ਮੁੱਖ ਮੰਤਰੀ ਦੇ ਸਟਾਫ ਨੇ ਉਹਨਾਂ ਨੂੰ ਇਨਫੋਰਮ ਕੀਤਾ ਕਿ ਆਹ ਕੁਛ ਹੋ ਗਿਆ ਜੀ, ਅਤੇ ਆਹ ਜਿਹੜੀਆਂ ਫਾਈਲਾਂ ਇਹ ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚੀਆਂ। ਉਹਨਾਂ ਨੇ ਇਹ ਅੱਗੇ ਜਵਾਬ ਦਿੱਤਾ, ਚਲੋ ਦੇਖਦੇ ਹਾਂ। ਹੁਣ ਅੱਗੇ ਵੇਖਣ ਵਾਲੀ ਗੱਲ ਦੋਸਤੋ ਇਹ ਆ ਕਿ ਮੁੱਖ ਮੰਤਰੀ ਆਪਣਾ ਆਦੇਸ਼ 100% ਇਨ ਟੋਟੋ ਇੰਪਲੀਮੈਂਟ ਕਰਦਾ ਜਾਂ ਕਰਵਾ ਸਕਦਾ ਜਾਂ ਨਹੀਂ ਕਰਵਾ ਸਕਦਾ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਆ ਕਿ ਇਹਨਾਂ ਫਾਈਲਾਂ ਦੇ ਬਾਰੇ ਅਸੀਂ ਇੱਕ ਵਾਰੀ ਜ਼ਿਕਰ ਸੁਖਚੈਨ ਸਿੰਘ ਗਿੱਲ IG ਸਾਹਿਬ ਸਪੋਕਸਪਰਸਨ ਆਫ ਦੀ ਡਿਪਾਰਟਮੈਂਟ ਨਾਲ ਗੱਲ ਕੀਤੀ ਸੀ। ਜਦੋਂ ਉਹਨਾਂ ਨੂੰ ਅਸੀਂ ਪੁੱਛਿਆ, ਉਹ ਕਹਿੰਦੇ ਜੀ ਇਹ ਸਾਡਾ ਇੰਟਰਨਲ ਮੈਟਰ ਹੈ। ਫਿਰ ਮੇਰੇ ਮਨ ਦੇ ਵਿੱਚ ਦੋਸਤੋ ਇਹ ਆਇਆ, ਜਿਵੇਂ ਕਿ ਤੁਹਾਡੇ ਮਨ 'ਚ ਵੀ ਸ਼ਾਇਦ ਆਉਂਦਾ ਹੋਏਗਾ, ਕਿ ਜਦੋਂ ਮੁੱਖ ਮੰਤਰੀ ਨੇ ਇੱਕ ਬਿਆਨ ਜਨਤਕ ਤੌਰ 'ਤੇ ਦੇਤਾ ਰਾਜਜੀਤ ਦੇ ਬਾਰੇ, ਉਹਦੀ ਡਿਸਮਿਸਲ ਬਾਰੇ ਜਾਂ ਉਹਨਾਂ ਅਧਿਕਾਰੀਆਂ ਬਾਰੇ ਜਿਨ੍ਹਾਂ 'ਤੇ ਸ਼ੱਕ ਹੈ, SIT ਨੇ ਜ਼ਾਹਰ ਕੀਤਾ ਕਿ ਉਹ ਵੀ ਡਰੱਗ ਟ੍ਰੇਡ ਦੇ ਵਿੱਚ ਸ਼ਾਮਿਲ ਸੀ ਅਤੇ ਉਹਨਾਂ ਦੇ ਬਾਰੇ ਘੋਖ ਕੀਤੀ ਜਾਣੀ ਚਾਹੀਦੀ ਆ ਵੱਡੇ ਅਫਸਰ, ਪਰ ਇਸ ਨੂੰ ਇੰਟਰਨਲ ਮੈਟਰ ਕਹਿਣਾ ਮੇਰੇ ਹਿਸਾਬ ਨਾਲ ਤਾਂ ਕੋਈ ਵਾਜਬ ਨਹੀਂ। ਜਦੋਂ ਮੁੱਖ ਮੰਤਰੀ ਦਾ ਬਿਆਨ ਜਨਤਕ ਆ, ਜਦੋਂ SIT ਦੀਆਂ ਰਿਪੋਰਟਾਂ ਜਨਤਕ ਆ, ਤਾਂ ਫਿਰ ਸਿਰਫ ਇੰਨਾ ਹਿੱਸਾ ਕਿ ਫਾਈਲਾਂ ਦੇਣੀਆਂ ਜਾਂ ਨਹੀਂ ਦੇਣੀਆਂ, ਦਿੱਤੀਆਂ ਗਈਆਂ ਜਾਂ ਦਿੱਤੀਆਂ ਜਾ ਰਹੀਆਂ, ਇਹਦੇ ਬਾਰੇ ਗੱਲ ਕਰਨ ਤੋਂ ਇਨਕਾਰ ਕਰਨਾ ਔਰ ਕਹਿਣਾ ਕਿ ਇਹ ਸਾਡਾ ਇੰਟਰਨਲ ਮੈਟਰ ਹੈ, ਇਹ ਮੇਰੇ ਹਿਸਾਬ ਦੇ ਨਾਲ ਮੈਨੂੰ ਗੱਲ ਬਹੁਤੀ ਜਚਦੀ ਨਹੀਂ। ਤੁਸੀਂ ਸੋਚੋ ਤੁਹਾਨੂੰ ਜਚਦੀ ਆ, ਜੋ ਤੁਹਾਡਾ ਵਿਚਾਰ ਹੋਏ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖਿਓ ਅਤੇ ਆਪਾਂ ਇਸ ਦੇ ਉੱਤੇ ਚਰਚਾ ਕਰਾਂਗੇ। ਨਾਓ ਆਰਟਿਕ, ਅਸੀਂ ਕੀ ਸੋਚਦੇ ਹਾਂ, ਕੀ ਮੰਨਦੇ ਹਾਂ? ਪੰਜਾਬ ਦੀ ਤਬਾਹੀ 'ਚ ਹਿੱਸਾ ਪਾਉਣ ਵਾਲੇ ਚਿੱਟੇ ਸਮੱਗਲਰ, ਪੰਜਾਬ ਦੇ ਗੁਨਾਹਗਾਰ ਰਾਜਜੀਤ ਸਿੰਘ ਨੂੰ ਫੜਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਰੇਡਸ ਐਟਸੈਟਰਾ, ਇਹ ਟਾਈਮ ਟੂ ਟਾਈਮ ਜਨਤਕ ਹੋਣੇ ਚਾਹੀਦੇ ਆ, ਕਿਉਂਕਿ ਇਹਦੀ ਐਬਸੈਂਸ ਦੇ ਵਿੱਚ ਪੁਲਿਸ ਵਿਭਾਗ ਦਾ ਨੁਕਸਾਨ ਹੋ ਰਿਹਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਇੱਕ ਨਰੇਟਿਵ ਸਰਜਿਆ ਜਾ ਰਿਹਾ, ਜੇ ਪੁੱਛੋ ਕਿਸੇ ਨੂੰ ਕਹਿੰਦੇ ਜੀ ਕਿੱਥੇ ਜਾਣਾ ਉਹਨੇ, ਇਹਨਾਂ ਕੋਲ ਹੀ ਆ ਸੰਭਾਲਿਆ ਹੋਇਆ। ਸੋ ਇਹ ਜਿਹੜੀ ਗੱਲ ਤੁਰ ਰਹੀ ਆ ਸੋਸ਼ਲ ਸਰਕਲਸ ਦੇ ਵਿੱਚ, ਜਨਤਾ ਦੇ ਵਿੱਚ, ਇਹਨੂੰ ਰੋਕਣ ਦੀ ਲੋੜ ਆ। ਇਹ ਰੁਕੇਗੀ ਤਾਂ ਜੇ ਹਰ ਰੋਜ਼ ਜਾਂ 1-2 ਦਿਨ ਛੱਡ ਕੇ ਇਹ ਸੂਚਿਤ ਕੀਤਾ ਜਾਏ ਕਿ ਅੱਜ ਸਾਡੀਆਂ ਟੀਮਾਂ ਫਲਾਣੇ ਫਲਾਣੇ ਥਾਂ 'ਤੇ ਰਾਜਜੀਤ ਨੂੰ ਲੱਭਣ ਲਈ ਰੇਡ ਉਹਨਾਂ ਨੇ ਕੀਤੀ। ਪੁਆਇੰਟ ਨੰਬਰ 2, ਰਾਜਜੀਤ ਦੇ ਪਰਿਵਾਰ ਤੋਂ ਸਹਿਯੋਗ ਲੈਣਾ ਚਾਹੀਦਾ, ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੇ ਰਿਸ਼ਤੇਦਾਰ ਕਿੱਥੇ ਰਹਿੰਦੇ ਨੇ, ਦਿੱਲੀ ਕਿੱਥੇ ਹੈ, ਹਰਿਆਣੇ 'ਚ ਕਿੱਥੇ ਨੇ, ਕਿੱਥੇ ਨੇ ਦੱਸੋ ਸਾਨੂੰ, ਤਾਂ ਉਹਦੇ ਟਿਕਾਣਿਆਂ ਬਾਰੇ ਉਹਨਾਂ ਨਾਲ ਪਿਆਰ ਨਾਲ ਸਹਿਯੋਗ ਕਰਕੇ ਜਾਣਕਾਰੀ ਲੈਣੀ ਚਾਹੀਦੀ ਹੈ। ਪੁਆਇੰਟ ਨੰਬਰ 3, ਕੇਂਦਰੀ ਏਜੰਸੀਜ਼ ਤੋਂ ਤੁਰੰਤ ਹੈਲਪ ਲੈਣੀ ਚਾਹੀਦੀ ਹੈ, ਯਾਨੀ ਕਿ ਵੱਖ ਵੱਖ ਏਜੰਸੀਆਂ, ਸੈਂਟਰਲ ਏਜੰਸੀਜ਼, ਉਹਨਾਂ ਤੋਂ ਹੈਲਪ ਲੈ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਨੇਪਾਲ ਬਾਰਡਰ ਅਤੇ ਬੰਗਲਾਦੇਸ਼ ਬਾਰਡਰ ਦੇ ਜਿਹੜੇ ਐਸਕੇਪ ਰੂਟਸ ਆ, ਜਿਹਨਾਂ ਨੂੰ ਪੰਜਾਬ ਪੁਲਿਸ ਇਕੱਲਿਆਂ ਕੰਟਰੋਲ ਜਾਂ ਸੀਲ ਨਹੀਂ ਕਰ ਸਕਦੀ, ਤੁਸੀਂ ਉੱਥੇ ਨਜ਼ਰ ਰੱਖਣ ਦੀ ਸਾਡੀ ਇਮਦਾਦ ਕਰੋ। ਪੁਆਇੰਟ ਨੰਬਰ 4, ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਤੱਕ ਫਾਈਲਾਂ ਨਾ ਭੇਜਣ ਦੇ ਲਈ ਜਿਹੜਾ ਵੀ ਅਫਸਰ ਕੋਈ ਜ਼ਿੰਮੇਵਾਰ ਹੈ, ਉਹਦੀ ਰਿਸਪੋਂਸੀਬਿਲਿਟੀ ਫਿਕਸ ਹੋਣੀ ਚਾਹੀਦੀ ਆ। ਇਹਨਾਂ ਗੱਲਾਂ ਦੇ ਨਾਲ ਮੈਂ ਇਜਾਜ਼ਤ ਮੰਗਦਾ, ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਆ ਕੇ ਦਿਓ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।